ਪੰਜਾਬ ਦੇ ਵਿੱਚ ਜੇ ਕੋਈ ਨਸ਼ਾ ਖਤਮ ਹੁੰਦਾ ਹੈ ਪੰਜਾਬ ਦੀ ਜੇ ਕੋਈ ਪਾਣੀਆਂ ਦੀ ਮੰਗ ਲਾਦਾ ਮੁੱਖ ਮੰਤਰੀ ਸਾਹਿਬ ਨੇ ਕੀਤੀ ਹੋਣੀ ਬੰਦੀ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਅਤੇ ਜੇ ਇਹਨਾਂ ਵਜ੍ਹਾ ਦੀ ਗੱਲ ਹੁੰਦੀ ਵਧੀਆ ਗੱਲ ਕੇਂਦਰ ਅਤੇ ਪੰਜਾਬ ਰਲ ਕੇ ਕੰਮ ਮੈਨੂੰ ਅੱਤਵਾਦੀ ਐਲਾਨੋ ਤਾਂ ਕੋਈ ਨਹੀਂ ਉਹਨੇ ਕਿਹਾ ਤੂੰ ਕਹਿਣਾ ਸ਼ੁਰੂ ਕਰ ਦੇ ਮੀਡੀਆ ਕਹਿ ਰਿਹਾ ਕਿ ਨੈਸ਼ਨਲ ਮੀਡੀਆ ਸੋ ਇੱਦਾਂ ਐਲਾਨਿਆ ਤਾਂ ਫਿਰ ਉਹ ਸੰਤ ਵਾਲੀ ਗੱਲ ਹੋ ਜਾਂਦੀ ਹੈ ਵੀ ਅੱਤਵਾਦੀ ਜੇ ਨਸ਼ੇ ਚਲਾਉਣ ਵਾਲੇ ਅੱਤਵਾਦੀ ਤਾਂ ਫਿਰ ਕੋਈ ਕਹਿੰਦੀ ਸਾਨੂੰ ਲਾ ਦਿਓ ਜਿੰਨਾ ਚਿਰ ਸਤਿਗੁਰ ਨੇ ਸਵਾਸ ਲੈ ਕੇ ਉਹਨੇ ਪੂਰੇ ਕਰਨੇ ਸੋ ਮੈਨੂੰ ਲੱਗਦਾ ਇਹਨਾਂ ਗੱਲਾਂ ਦੀ ਫਿਕਰ ਸਦੋ ਸਤਿਗੁਰ ਨੂੰ ਹੈਗੀ ਹੈ ਜਾਨ ਨੂੰ ਖਤਰਾ ਜਿਹੜੀ ਏਜੰਸੀਆਂ ਕਹਿੰਦੀਆਂ ਉਹਨਾਂ ਦਾ ਖਤਰਾ ਹੋ ਸਕਦਾ ਸਾਨੂੰ ਹੋਰ ਕਿੰਨੇ ਸਾਨੂੰ ਕੀ ਕਰਨਾ ਮੈਂ ਪੰਜਾਬ ਦਾ ਵਾਸੀ ਹਾਂ ਪੰਜਾਬ 'ਚ ਜਿਹਨੇ ਨਹੀਂ ਜਿਹੜਾ ਪੰਜਾਬ ਦਾ ਆਪਣੇ ਆਪ ਨੂੰ ਪੰਜਾਬੀ ਨਹੀਂ ਮੰਨਦਾ ਉਹ ਪਰ ਜਾਵੇ ਅਸੀਂ ਕਿਉਂ ਪਰ ਸਾਡੀ ਧਰਤੀ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਡੀ ਫਾਈ ਚੈਨਲ ਪੰਜਾਬੀ ਅਤੇ ਮੈਂ ਹਾਂ ਮਨਸੂਬ ਸਿੰਘ ਕੰਵਲ ਇਸ ਵਕਤ ਅਸੀਂ ਮੌਜੂਦ ਹਾਂ ਸ਼੍ਰੀ ਹਰਿਮੰਦਰ ਸਾਹਿਬ ਅਕਾਲ ਤਖਤ ਸਾਹਿਬ ਵਾਲੇ ਪਾਸੇ ਜਿੱਥੇ ਕਿ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਕਿ ਅੱਜ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ ਅਤੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਗਈ ਮੀਡੀਆ ਦੇ ਨਾਲ ਉਹਨਾਂ ਨੇ ਦੱਸਿਆ ਵਾ ਕਿ ਕੁਛ ਗੱਲਾਂ ਉੱਤੇ ਵੀ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਇੱਕ ਤਾਂ ਗੱਲ ਕੀਤੀ ਗਈ ਸ਼ਸਤਰਾਂ ਉੱਤੇ ਉਹਨਾਂ ਨੇ ਸ਼ਸਤਰਾਂ ਦੀ ਗੱਲ ਕੀਤੀ ਹੈ ਕਿ ਗੁਰੂ ਸਾਹਿਬ ਵੱਲੋਂ ਜੋ ਨੇ ਕਿ ਸਿੱਖ ਧਰਮ ਨੂੰ ਜੋ ਕਿ ਪਹਿਲਾਂ ਹੀ ਸ਼ਸਤਰਾਂ ਦੀ ਰੱਖਣ ਦੀ ਅਨੁਮਤੀ ਦਿੱਤੀ ਗਈ ਅਤੇ ਇਸ ਵਾਸਤੇ ਸਿੱਖ ਲਈ ਇੱਕ ਖੁਸ਼ੀ ਦੀ ਗੱਲ ਹੈ ਕਿ ਉਹ ਸ਼ਸਤਰ ਨਾਲ ਲੈ ਕੇ ਚੱਲਦਾ ਹੈ ਅਤੇ ਇੱਕ ਗੱਲ ਕੀਤੀ ਗਈ ਏਜੰਸੀਆਂ ਦੀ ਜਿੱਥੇ ਕਿ ਉਹਨਾਂ ਦੇ ਜਾਨ ਨੂੰ ਖਤਰਾ ਹੈ ਅਤੇ ਉੱਥੇ ਵੀ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਜੋ ਨੇ ਕਿ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਆਉਂਦੇ ਹਾਂ ਅਤੇ ਗੁਰੂ ਸਾਹਿਬ ਦੀ ਆਗਿਆ ਦੇ ਨਾਲ ਚਲੇ ਜਾਂਦੇ ਹਾਂ ਅਤੇ ਉਹ ਗੁਰੂ ਸਾਹਿਬ ਨੇ ਜਦੋਂ ਆਗਿਆ ਦਿੱਤੀ ਤਾਂ ਉਸ ਵਕਤ ਅਸੀਂ ਜੋ ਹੈ ਆਪਣੇ ਪ੍ਰਿਆਨ ਤਿਆਗ ਦੇਣੇ ਅਤੇ ਬਾਕੀ ਕਹਿੰਦੇ ਕਿ ਮੈਂ ਏਜੰਸੀਆਂ ਜਿਹੜੀਆਂ ਆਪ ਦੱਸਦੀਆਂ ਨੇ ਅਤੇ ਉਹ ਖੁਦ ਹੀ ਜੋ ਹੈ ਕਿ ਇਹ ਕੰਮ ਕਰਦੀਆਂ ਨੇ ਅਤੇ ਏਜੰਸੀਆਂ ਦਾ ਹੀ ਇਹ ਕੰਮ ਹੁੰਦਾ ਅਤੇ ਬਾਕੀ ਜੋ ਹੈ ਉਹਨਾਂ ਨੇ ਇੱਕ ਹੋਰ ਗੱਲ ਕੀ ਹੈ ਕਿ ਇੱਕ ਸਿੱਖ ਵਾਸਤੇ ਜੋ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਾ ਜੋ ਹੈ ਕਿ ਬਹੁਤ ਜ਼ਰੂਰੀ ਗੱਲ ਹੈ ਕਿਉਂਕਿ ਇੱਕ ਹਰਿਮੰਦਰ ਸਾਹਿਬ ਨੂੰ ਜੋ ਹੈ ਕਿ ਇੱਕ ਆਸਥਾ ਦਾ ਕੇਂਦਰ ਹੈ ਕਿ ਹਰ ਇੱਕ ਨੂੰ ਜੋ ਹੈ ਇੱਥੇ ਆ ਕੇ ਸੀਸ ਝੁਕਾਉਣਾ ਚਾਹੀਦਾ ਅਤੇ ਆ ਹੁਣ ਜੋ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਅੰਦਰ ਜੋ ਹੈ ਕਿ ਨਤਮਸਤਕ ਹੋਣ ਲਈ ਗਏ ਨੇ ਅਤੇ ਉਹਨਾਂ ਨੇ ਇੱਕ ਹੋਰ ਗੱਲ ਕੀ ਹੈ ਜੇ ਸਮਾਂ ਮਿਲੇਗਾ ਤਾਂ ਅਸੀਂ ਜਥੇਦਾਰ ਸਾਹਿਬ ਨੂੰ ਵੀ ਜ਼ਰੂਰ ਮਿਲਾਂਗੇ ਪਰ ਇਸ ਵਕਤ ਅਸੀਂ ਮੌਜੂਦ ਤੁਹਾਨੂੰ ਲਾਈਵ ਤੁਸੀਂ ਦਿਖਾਉਣੀ ਚਾਹਾਂਗੇ ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਦੇ ਦਫ਼ਤਰ ਦੇ ਬਾਹਰ ਖਲੋਤੇ ਹਾਂ ਜਿੱਥੇ ਕਿ ਹਲੇ ਭਾਈ ਅੰਮ੍ਰਿਤਪਾਲ ਸਿੰਘ ਜੋ ਨੇ ਕਿ ਅੰਦਰ ਨਤਮਸਤਕ ਹੋਣ ਲਈ ਗਏ ਹੋਏ ਨੇ ਅਤੇ ਜੋ ਨੇ ਕਿ ਉਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਜ਼ਰੂਰ ਅਗਰ ਆਗਿਆ ਮਿਲੇਗੀ ਤਾਂ ਮੈਂ ਜਥੇਦਾਰ ਸਾਹਿਬ ਨੂੰ ਜ਼ਰੂਰ ਮਿਲਾਂਗਾ ਅਗਰ ਵੇਖਣ ਵਾਲੀ ਗੱਲ ਹੈ ਕਿ ਅਜਨਾਲੇ ਜੋ ਹੋਇਆ ਸੀਗਾ ਉਸ ਤੋਂ ਬਾਅਦ ਜੋ ਭਾਈ ਅੰਮ੍ਰਿਤਪਾਲ ਸਿੰਘ ਉੱਤੇ ਜੋ ਨੇ ਬੜੇ ਆਰੋਪ ਬੇਅਦਬੀ ਦੇ ਮਾਮਲੇ ਉੱਤੇ ਆਰੋਪ ਲੱਗੇ ਨੇ ਹੁਣ ਦੇਖਣਾ ਹੋਵੇਗਾ ਕਿ ਉਸ ਦੇ ਬਾਰੇ ਵੀ ਜੋ ਹੈ ਜਥੇਦਾਰ ਸਾਹਿਬ ਨਾਲ ਜੋ ਕਿ ਗੱਲ ਕੀਤੀ ਜਾਂਦੀ ਕਿ ਨਹੀਂ ਕੀਤੀ ਜਾਂਦੀ ਕਿਉਂਕਿ ਜਥੇਦਾਰ ਸਾਹਿਬ ਵੱਲੋਂ ਜੋ ਹੈ ਕਿ ਅਜਨਾਲੇ ਅਤੇ ਜਦੋਂ ਕਾਂਡ ਹੋਇਆ ਸੀਗਾ ਅਤੇ ਅਜਨਾਲੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਹੋਈ ਸੀਗੀ ਅਤੇ ਉਸ ਤੋਂ ਬਾਅਦ ਜੋ ਹੈ ਕਿ ਉਹਨਾਂ ਵੱਲ ਇੱਕ ਕਮੇਟੀ ਬਣਾਈ ਗਈ ਸੀ ਅਤੇ ਉਹਨਾਂ ਨੂੰ ਕਿਹਾ ਗਿਆ ਸੀ ਕਿ 10-15 ਦਿਨ ਦੇ ਵਿੱਚ ਮੈਨੂੰ ਉਸ ਦੀ ਰਿਪੋਰਟ ਪੂਰੀ ਜੋ ਹੈ ਕਿ ਮੈਨੂੰ ਚਾਹੀਦੀ ਹੈ ਅਤੇ ਉਸ ਤੋਂ ਬਾਅਦ ਜੋ ਹੈ ਕਿ ਹੁਣ ਖੁਦ ਭਾਈ ਅੰਮ੍ਰਿਤਪਾਲ ਸਿੰਘ ਨੇ ਜੋ ਕਿ ਅੱਜ ਇੱਥੇ ਹਰਿਮੰਦਰ ਸਾਹਿਬ ਪਹੁੰਚੇ ਨੇ ਅਤੇ ਕਹਿ ਰਹੇ ਨੇ ਕਿ ਮੈਂ ਖੁਦ ਜਥੇਦਾਰ ਸਾਹਿਬ ਨੂੰ ਮਿਲਣਾ ਚਾਹਾਂਗਾ ਅਤੇ ਹੁਣ ਦੇਖਦੇ ਹਾਂ ਕਿ ਹੁਣ ਭਾਈ ਅੰਮ੍ਰਿਤਪਾਲ ਸਿੰਘ ਜੋ ਨੇ ਕਿ ਅੰਦਰ ਜਥੇਦਾਰ ਸਾਹਿਬ ਨੂੰ ਮਿਲਣ ਗਏ ਨੇ ਵੇਖਦੇ ਹਾਂ ਕਿ ਕਿਹੜੀਆਂ ਗੱਲਾਂ ਉੱਤੇ ਜੋ ਹੈ ਕਿ ਹੁਣ ਚਰਚਾ ਉਹਨਾਂ ਦੀ ਅਤੇ ਜਥੇਦਾਰ ਦੇ ਵਿੱਚ ਹੁੰਦੀ ਹੈ ਵੈਸੇ ਵੇਖਣ ਵਾਲੀ ਗੱਲ ਹੈ ਕਿ ਇੱਕ ਜਨਾਲੇ ਦੀ ਗੱਲ ਵੀ ਹੋਏਗੀ ਅਤੇ ਹੋਰ ਜੋ ਪੰਜਾਬ ਦੇ ਮੁੱਦਿਆਂ ਨੂੰ ਵੀ ਲੈ ਕੇ ਕਹਿੰਦੇ ਮੈਂ ਜ਼ਰੂਰ ਗੱਲ ਕਰਾਂਗਾ ਨਸ਼ੇ ਦੀ ਗੱਲ ਕਰ ਲਈਏ ਔਰ ਨਸ਼ਾ ਇੱਕ ਸਭ ਤੋਂ ਵੱਡਾ ਮੁੱਦਾ ਹੈ ਜੋ ਕਿ ਭਾਈ ਅੰਮ੍ਰਿਤਪਾਲ ਹਰ ਵਾਰ ਗੱਲ ਕਰਦੇ ਨੇ ਕਿ ਪੰਜਾਬ ਦੇ ਵਿੱਚ ਜੋ ਹੈ ਕਿ ਨਸ਼ਾ ਖਤਮ ਕਰਨਾ ਚਾਹੁੰਦਾ ਹਾਂ ਅਤੇ ਉਸ ਦੀ ਚਰਚਾ ਦੇ ਨਾਲ ਹੀ ਜੋ ਉਸ ਦੀ ਗੱਲ ਕਰਦਿਆਂ ਹੀ ਜੋ ਅੱਜ ਕਹਿੰਦੇ ਆ ਕਿ ਮੈਂ ਜਥੇਦਾਰ ਸਾਹਿਬ ਨੂੰ ਮਿਲਾਂਗਾ ਹੁਣ ਦੇਖਦੇ ਹਾਂ ਕਿ ਹੁਣ ਕੀ ਗੱਲਬਾਤ ਭਾਈ ਅੰਮ੍ਰਿਤਪਾਲ ਅਤੇ ਜਥੇਦਾਰ ਸਾਹਿਬ ਦੇ ਨਾਲ ਹੁੰਦੀ ਹੈ ਦੇਖੋ ਸਾਡੀ ਜਥੇਦਾਰ ਸਾਹਿਬ ਨਾਲ ਜਿਹੜੀ ਮੁਲਾਕਾਤ ਉਹ ਪੰਥਕ ਵਿਚਾਰਾਂ ਹੋਈਆਂ ਪੰਥ ਦੇ ਮਸਲਿਆਂ ਅਤੇ ਪੰਜਾਬ ਦੀ ਨੌਜਵਾਨੀ ਦੇ ਮਸਲਿਆਂ 'ਤੇ ਗੱਲਬਾਤ ਹੋਈ ਹੈ ਔਰ ਮੈਨੂੰ ਲੱਗਦਾ ਵੀ ਇਹਨੂੰ ਇੱਥੋਂ ਤੱਕ ਸੀਮਤ ਰੱਖਣਾ ਚਾਹੀਦਾ ਦੇਖੋ ਮੀਡੀਆ ਨਹੀਂ ਉਸ ਬਾਰੇ ਸਾਡੀ ਕੋਈ ਵਿਚਾਰ ਨਹੀਂ ਉਹ ਤਾਂ ਵੱਖਰਾ ਵਿਸ਼ਾ ਜੇ ਅਸੀਂ ਦਰਬਾਰ ਸਾਹਿਬ ਆਏ ਸੀ ਅਤੇ ਦਰਸ਼ਨ ਮੇਲੇ ਕਰਨ ਤੋਂ ਬਾਅਦ ਕੀ ਖਾਸ ਮੁੱਦਾ ਰਿਹਾ ਜੀ ਨਹੀਂ ਖਾਸ ਮੁੱਦਾ ਸਾਡੀ ਨੌਜਵਾਨੀ ਦਾ ਹੀ ਗਿਆ ਕੋਈ ਮੈਨੂੰ ਲੱਗਦਾ ਵੀ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੁਲਾਕਾਤ ਆ ਉਹ ਮੁਲਾਕਾਤ ਸਿੱਖਾਂ ਵਾਸਤੇ ਕੋਈ ਐਡੀ ਸੈਂਸੇਸ਼ਨ ਦਾ ਮੁੱਦਾ ਨਹੀਂ ਸੈਂਸੇਸ਼ਨ ਦਾ ਮੁੱਦਾ ਨਹੀਂ ਹੋਣਾ ਚਾਹੀਦਾ ਸੋ ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਵਿਚਾਰ ਚਰਚਾ ਜਿਹੜੀ ਉਹ ਹੁੰਦੀ ਰਹਿਣੀ ਚਾਹੀਦੀ ਠੀਕ ਹੈ ਨਹੀਂ ਅਸੀਂ ਉੱਥੇ ਜਲ ਪਾਣੀ ਵੀ ਛੱਕਿਆ ਕੋਈ ਮੀਟਿੰਗ ਵਾਲਾ ਕਰ ਮੈਂ ਕਹਿੰਦਾ ਪਹਿਲੀ ਵਾਰ ਚਲੋ ਕਈ ਵਾਰ ਨਾ ਸਵਾਬ ਨਹੀਂ ਬਣਦਾ ਦਰਬਾਰ ਸਾਹਿਬ ਆਏ ਉਹ ਦਮਦਮਾ ਸਾਹਿਬ ਹੁੰਦੇ ਸੀ ਅੱਜ ਇਸ ਕੁਦਰਤੀ ਬਹੁਤ ਸੋਹਣੀ ਗੱਲਬਾਤ ਹੋਈ ਮਹਾਰਾਜ ਨੇ ਕਿਰਪਾ ਕੀਤੀ ਹੈ ਦੇਖੋ ਅਸੀਂ ਕੀ ਬਣ ਸਕਦੀ ਕੋਈ ਨਵਾਂ ਮੈਨੂੰ ਇਹ ਲੱਗਦਾ ਵੀ ਇਸ ਮੀਟਿੰਗ ਦੇ ਵਿੱਚ ਆਪਾਂ ਫਾਰਮਲ ਗੱਲਬਾਤ ਕੀਤੀ ਕੋਈ ਸਟ੍ਰੈਟਜੀ ਕੋਈ ਕਿਸੇ ਕਿਸਮ ਦੀ ਕੋਈ ਇਹੋ ਜਿਹੀ ਕੋਈ ਗੱਲ ਤੇ ਮਸਲਾ ਜਾਂਚ ਕਮੇਟੀ ਜਦੋਂ ਬਣ ਗਈ ਹੈ ਉਹ ਤੇ ਜਾਂਚ ਕਮੇਟੀ ਆਪਣਾ ਕੰਮ ਕਰੂਗੀ ਜਥੇਦਾਰ ਸਾਹਿਬ ਨਾਲ ਸਾਡੀ ਫਾਰਮਲ ਪਹਿਲੀ ਵਾਰ ਮੁਲਾਕਾਤ ਹੋਈ
खतरा है वादा करो कि भाई साहब क्योंकि तुम पंजाब की आवाज हो नौजवान बलात कर रहे हो नशे तो मुक्त पंजाब कर रहे हो अकाल तख्त साहब ने यह भरोसा दिता है अमर संचार के नशे सहयोग पहला भी धोन भी रोक जिस तरह की तुम देखा है कि भाई अमृतपाल सिंह जी जो ने कि जथेदार साहब न जो बाहर मिल के आए हैं तो उन्होंने वालों कहा गया कि जो जथेदार साहब न गल की गई है सिर्फ वो उन्होंने तो मेरे विच ही रहनगिया तो बाकी जो है कि पंजाब के मुद्दों के नाल जो है कि गल की अगर जो सवेरे जो अमृतपाल सिंह जी आए सन तो उन्होंने वालों गल की गई सी एक जरा उन्होंने जान को खतरा है तो उन्हों का कहना सगा कि जो गुरु साहब का आग्ञा आया तो हर एक ने जो है गुरु साहब की आग्ञा के नाल ही चले जाना है तो वैसे बाकी जो है कि एजेंसिया के काम होंगे ने एजेंसियां खुद ही जो है काम करा एक शस्त्रा भी गल की गई सी कि कहते हैं कि अकाल तख्त साहब ने जो जिथे ने कि गुरु साहब ने आप जो है शस्त्र विराजमान किए सन तो यह सिखा वास्ते एक बहुत वही गल है कि एक वधिया गल है कि जे असी शस्त्र लैके जाने तो उस तो बाद उन्हें कहा है कि जो जथेदार साहब होंगे तो असं मिलेंगे तो जथेदार साहब जो है कि हूँ उन्होंने जो मिले सन तो उस तो बाद जो कि मिल के जो जब अमृतपाल सिंह जो बाहर आए हैं तो उन्होंने वालों कह गया वा कि मैं बाकी पंजाब के मुद्दों की गल की जो गल की जाए नशे को लैके क्योंकि पंजाब नशा बहुत है तो नशे को लैके उन्होंने जो है गल की गई तो वेख्या जाए जनाले के जो गुरु ग्रंथ साहब की एक गल की गई सी जो गल उठी सी उसके बारे भी जो है कि जरूर अमृतपाल सिंह वालों जो है कि जथेदार साहब ने जो है कि चर्चा की गई पर उन्होंने वालों जो है कि मीडिया के सामने इस गल नहीं लिया गया देखने वाली गल है कि हूँ जो है कि एक होर भी पंजाब के मुद्दे जो ने उठे ने पर गल जो है कि अमित शाह के नाल जो है कि भगवंत मान जी होना की जो है कि सीएम भगवंत मान की जो है कि एक मीटिंग हुई सी जिस जो है कि कुछ पैरा मिलटरी फोर्स भी दी गई ने पंजाब को देखा जाए कि हूँ पंजाब जो है कि जे नशियां की गल जो है एक बहुत वड्डा मुद्दा जो अमृतपाल सिंह वालों जो है कि जथेदार उन्होंने गल की हूँ देखना होगा कि हूँ जो जे री जो गल उन्होंने की गई है कि वह दोवे कि गल सी तो मीडिया के सामने नहीं गल की गई पर कह गया कि पंजाब के बाकी मुद्दे भी जरूर चुके हैं जो कि उन्होंने जान को खतरे की गल की गई सी उन्हों का कहना है कि जो है गुरु साहब का हुक्म आएगा तो उस दिन चल ही जाना जिन्हें श्वास लिखे आप उन्हें रहेंगे तो बाकी जो हथियारों की गल तो भी उन्होंने साफ किया वा कि सानू तो जो है कि गुरुआ के वालों ही जो है शस्त्र रखने की जो है कि आग्ञा दी गई तो असं तो जरूर अपने नाल शस्त्र रखते हैं तो एक सिख वास्ते बहुत एक वड्डी गल है कि खुशी की गल है कि जो सस्ता नाल लेके जावे वंशवती कवर डी फाइव चैनल पंजाबी अमृतसर निडर हां निरपक्ष रहा आजाद हां सच कहां गल करांगे सियासी हवा दी होणगे हुकमराना नु सीधे सवाल सब तो पहला पहुंचावांगे तुहाडे तक सिर्फ सच्ची खबर दसांगे कौन कर रहा है थोड़े ते सबर विदेशां च बैठे पंजाबियां दे हक दी करांगे गल कैनेडा दी हर सियासी खबर लेके आवांगे तुहाडे वल उभरांगे पंजाब दी आवाज बन ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਖੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ ਫਾਈਵ ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ सिर्फ लोकां दी गल धर्म धरोहर सेहत और संस्कृति की होगी बात अब D5 चैनल हिंदी भी होगा सर D5 चैनल पंजाबी अपनी धरती अपने लोक सत श्री अकाल जी मैं हां कुलराज रंधावा ते तुसी वेख रहे हो D5 चैनल पंजाबी जिहड़ा लॉन्च हो चुका है हुण कैनेडा विच D5 चैनल पंजाबी पूरे सब्सक्राइब करो बेल आइकन ते क्लिक करो